ਅਸਲਾਮ ਅਲੈਕੁਮ ਜੀ, ਉਮੀਦ ਕਰਦੇ ਅਸੀਂ ਸਾਰੇ ਖਰੀਏ ਨਾਲ ਹੋਗੇ, ਵਧੀਆ ਹੋਗੇ। ਅੱਜ ਅਸ ਭਾਈ ਜਾਨ ਕਿਹੜੀ ਜਗ੍ਹਾ ਤੇ ਆਏ ਹਾਂ? ਹਾਂਜੀ, ਹੈਕਮਨ ਵਾਈਟ। ਹੈਕਮਨ ਵਾਈਟ ਹੈ ਭਾਈ, ਔਰ ਪਿੱਛੇ ਇੱਧਰ ਆਉਣ ਭਾਈ ਜੀ, ਭਾਈ ਸ਼ਰਮਾਉਂਦੇ ਰਹਿੰਦੇ ਨੇ ਕੈਮਰੇ ਅੱਗੇ। ਹੈਕਮਨ ਵਾਈਟ ਆਏ ਜਨਾਬ, ਇੱਥੇ ਇੱਕ ਬਹੁਤ ਵਧੀਆ ਜਿਹਾ ਟੇਕ ਵੇ ਜਨਾਬ, ਟੇਕ ਵੇ ਛੋਟਾ ਜਿਹਾ, ਤੇ ਭਾਈ ਔਰ ਕਹਿੰਦੇ ਖਾਣਾ ਬੜਾ ਵਧੀਆ ਹੈ। ਬਹੁਤ ਪਿਆਰੀ ਫੂਡ, ਬਹੁਤ ਪਿਆਰੀ, ਵੈਰੀ ਨਾਈਸ। ਸਹੀ ਗੱਲ ਹੈ ਜਾਂ ਖਾਲੀ ਗੱਲ ਹੀ ਹੈ? ਨਹੀਂ ਨਹੀਂ ਨਹੀਂ, ਬਹੁਤ ਨਾਈਸ, ਬਹੁਤ ਨਾਈਸ। ਅੱਛਾ, ਤੇ ਭਾਈ ਔਰ ਕਹਿੰਦੇ ਜੀ, ਇਹ ਵੀ ਦੱਸੋ ਆਪਣੀ ਆਵਾਮ ਨੂੰ, ਤੁਹਾਡੀ ਆਵਾਮ ਖਾਂਦੀ ਰਹਿੰਦੀ ਖਾਣੇ ਪੀਣੇ ਅੱਗੇ ਪਿੱਛੇ, ਤੇ ਕਹਿੰਦੇ ਨੇ ਖਾਣਾ ਮਾਸ਼ਾਅੱਲਾ ਬੜਾ ਵਧੀਆ ਬਣਾਉਂਦੇ ਨੇ, ਤੇ ਭਾਈ ਹੋਰ ਤਾਂ ਖਾਂਦੇ ਹੀ ਰਹਿੰਦੇ ਨੇ, ਚਲੋ ਅਸੀਂ ਵੀ ਖਾਵਾਂਗੇ ਤੇ ਨਾਲ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਇਹਨਾਂ ਦੇ ਖਾਣੇ ਹੈ ਕੀ ਜਿਹੇ ਨੇ, ਕਿਉਂ ਜੀ? ਇਹ ਗੱਲ ਹੈ, ਬਿਲਕੁਲ ਜੀ ਬਿਲਕੁਲ। ਬਰਗਰ ਟਰਾਈ ਕਰੋ, ਪੀਜ਼ਾ, ਕੋਈ ਚੀਜ਼ ਟਰਾਈ ਕਰੋ, ਯੂ ਵਿਲ ਲਵ ਇਟ। ਤੇ ਭਾਈ ਜੀ, ਤੁਹਾਡਾ ਨਾਮ ਕੀ ਹੈ ਪਹਿਲੇ ਇਹ ਦੱਸੋ। ਮੇਰਾ ਨਾਮ ਮਲਕ ਇਮਰਾਨ ਹੈ ਜੀ ਜੀ, ਤੇ ਮੈਂ ਯੂਟਿਊਬ ਵੀਡੀਓ ਵੀ ਬਣਾਉਣਾ ਜੀ ਜੀ, ਮਲਕ ਇਮਰਾਨ ਵਲੌਗ ਨੇ ਨਾ ਹੈ ਤੂੰ। ਬਿਲਕੁਲ, ਤੇ ਛੋਟੇ ਛੋਟੇ ਮੈਂ ਫਾਲੋ ਕਰਦਾ ਭਾਈ ਕੀ, ਤੇ ਬਹੁਤ ਨਾਈਸ। ਇਹਨਾਂ ਭਾਈ ਹੋਰਾਂ ਸਾਨੂੰ ਦਾਵਤ ਦਿੱਤੀ ਹੈ ਜਨਾਬ, ਮੈਂ ਹੁਣ ਭਾਈ ਹੋਰਾਂ ਨੂੰ ਇਨਕਾਰ ਤੇ ਨਹੀਂ ਹੁੰਦਾ, ਤੇ ਭਾਈ ਹੋਰਾਂ ਰੈਕਮੈਂਡ ਕੀਤਾ ਸੀ, ਮੈਂ ਚਲੋ ਜੀ ਅਸੀਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਭਾਈ ਹੋਰਾਂ ਦੇ ਵੀ ਚੈਨਲ ਤੇ ਜਾਓ, ਤੇ ਐਵੇਂ ਆਪਣੇ ਦੇਸੀ ਭਰਾ ਤੇ ਆਪਣੇ ਹੈਲੀਫੈਕਸ ਦੇ ਨੇ, ਤੇ ਵੀਡੀਓ ਵਧੀਆ ਵਧੀਆ ਜੀ ਬਣਾਉਂਦੇ, ਤੇ ਇਹਨਾਂ ਇਹ ਸਪੈਸ਼ਲ ਸਾਨੂੰ ਇੱਥੇ ਲੈ ਕੇ ਆਏ ਨੇ। ਮੈਂ ਚਲੋ ਅਸੀਂ ਜੀ, ਬਹੁਤ ਬਹੁਤ ਸ਼ੁਕਰੀਆ ਤੁਸਾਂ ਦਾ, ਤੁਸਾਂ ਮਾੜੇ ਆਖਣਾ ਪਰ ਆਏ ਹੋ ਇੱਥੇ, ਤੁਸਾਂ ਸਾਨੂੰ ਇਸ ਕਾਬਲ ਸਮਝਿਆ। ਨਹੀਂ ਜੀ, ਤੁਹਾਨੂੰ ਮਿਹਰਬਾਨੀ ਹੈ, ਹੈ ਜੀ, ਮੌਕਾ ਦਿੱਤਾ ਜਨਾਬ ਇੱਥੇ ਆਉਣ ਦਾ, ਨਹੀਂ ਤਾਂ ਸਾਨੂੰ ਕੀ ਪਤਾ ਸੀ ਇੱਥੇ ਵੀ ਕੋਈ ਵਧੀਆ ਜੀ ਇਹ ਜਗ੍ਹਾ ਖਾਣ ਪੀਣ ਵਾਲੀ ਜਨਾਬ। ਇਹਦਾ ਨਾਂ ਕੀ ਹੈ ਜਨਾਬ? ਇਸ ਦਾ ਨਾਂ ਪੈਪਰਸ, ਪੈਪਰਸ, ਹੈਕਮਨ ਵਾਈਟ ਪੈਪਰਸ। ਚਲੋ ਵਿਖਾਉਂਦੇ ਇਹਨਾਂ ਦੇ ਖਾਣੇ ਹੈ ਕੀ ਜਿਹਨੇ, ਅੱਗੇ ਭਾਈ ਹੋਰਾਂ ਕੋਲ ਪੁੱਛਾਂਗੇ ਜਨਾਬ ਫੁੱਲ ਡਿਟੇਲ ਦੇ ਨਾਲ। ਚਲੋ ਚੱਲਦੇ, ਟੇਕਵੇ ਤੇ ਛੋਟਾ ਜਿਹਾ, ਤੇ ਭਾਈ ਹੋਰ ਕਾਊਂਟਰ ਤੇ ਖਲੋਤੇ ਨੇ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਜਨਾਬ। ਭਾਈ ਜਾਨ, ਕੀ ਹਾਲ ਹੈ? ਅਲਹਮਦੁਲਿਲਾ ਜਨਾਬ, ਆਪਣੀ ਸਾਹਿਬ ਦੁਆ ਕਰਿਆ ਕਰੋ ਜਨਾਬ, ਤੁਹਾਡੇ ਟੇਕਵੇ ਦੀ ਤਾਰੀਫ ਬੜੀ ਸੁਣੀ, ਸੁਣਿਆ ਖਾਣੇ ਬੜੇ ਵਧੀਆ ਜਿਹੇ ਬਣਾਉਂਦੇ ਹੋ। ਮਾਸ਼ਾਅੱਲਾ, ਬਹੁਤ ਅੱਛਾ ਖਾਣਾ ਜੀ, ਇਨਸ਼ਾਅੱਲਾ ਸਾਹਿਬ ਇੱਥੇ ਜਾਣਾ, ਇਨਸ਼ਾਅੱਲਾ ਬਹੁਤ ਅੱਛਾ ਖਾਣਾ ਸਭ ਬਣਾ। ਤੇ ਭਾਈ ਇਹ ਦੱਸੋ, ਕਿਤਨਾ ਅਰਸਾ ਹੋਇਆ ਇੱਥੇ ਖੋਲੇ ਨੂੰ? ਇਹ ਤਕਰੀਬਨ ਕੋਈ 7-8 ਮਹੀਨੇ ਹੋ ਗਏ ਜੀ ਸਾ। ਅੱਛਾ ਜੀ ਜੀ, ਤੇ ਕਿਤਨੇ ਕੁ ਦਿਨ ਖੁੱਲਾ ਰਹਿੰਦਾ ਅਗਰ ਕੋਈ? 6 ਦਿਹਾੜੇ ਖੋਲਦੇ ਜੀ ਸਾ, 1 ਦਿਹਾੜੇ ਛੁੱਟੀ, ਮੰਡੇ ਵਾਲੇ ਦਿਨ ਛੁੱਟੀ ਕਰਦੇ। ਮੰਡੇ ਵਾਲੇ ਦਿਨ ਸਿਰਫ ਛੁੱਟੀ? ਤੇ ਟਾਈਮਿੰਗ ਤੁਹਾਡੀ ਕਿਹੜੀ ਹੈ? ਟਾਈਮਿੰਗ ਜੀ 4 ਤੋਂ ਲੈ ਕੇ 11:30। 4 ਤੋਂ ਲੈ ਕੇ 11:30 ਦਾ, ਜਿਸ ਵਧੀਆ ਵਧੀਆ ਖਾਣੇ ਖਾਣੇ ਨੇ ਉਹ ਲਾਜ਼ਮੀ ਰਾਬਤਾ ਕਰੇ। ਜ਼ਰੂਰ ਜੀ, ਬਿਲਕੁਲ ਆਓ। ਤੇ ਕੋਈ ਡਿਲੀਵਰੀ ਦਾ ਸਿਸਟਮ ਹੈ? ਡਿਲੀਵਰੀ ਦਾ ਸਿਸਟਮ ਹੀ ਹੈ ਜੀ ਸਾਰਾ ਸਭ। ਬਿਲਕੁਲ, ਇੱਥੇ ਬਹਿਣ ਦੀ ਜਗ੍ਹਾ ਤੇ ਕੋਈ ਨਹੀਂ ਫਿਲਹਾਲ? ਜਗ੍ਹਾ ਸਭ ਕੋਲ ਇੱਕ ਜਗ੍ਹਾ ਦੀ ਕਮੀ ਰਹਿ ਗਈ ਹੈ, ਤੇ ਬਾਕੀ ਇਨਸ਼ਾਅੱਲਾ ਫੂਡ ਜ਼ਬਰਦਸਤ ਹੈ। ਉਹ ਖਾਣਾ ਵਧੀਆ ਮਿਲਦਾ ਹੋਵੇ ਨਾ, ਬੰਦਾ ਗੱਡੀ 'ਚ ਬਹਿ ਕੇ ਵੀ ਖਾ ਸਕਦਾ ਹੈ। ਬੇਸ਼ੱਕ ਬੇਸ਼ੱਕ। ਤੇ ਫਿਰ ਸਾਨੂੰ ਕਿਚਨ ਦਾ ਦੌਰਾ ਕਰਾਓ, ਤੇ ਲੋਕ ਵੇਖਣਗੇ ਖਾਣੇ ਬਣਾਉਂਦੇ ਕੀ ਹੋ ਜੇ ਵਧੀਆ ਜੇ, ਕਿਉਂ ਜੀ? ਇਨਸ਼ਾਅੱਲਾ ਜੀ। ਚਲੀਏ ਫਿਰ ਕਿਚਨ 'ਚ। ਚਲੋ ਜੀ, ਚਲੋ ਜੀ, ਕਿਚਨ ਚੱਲਦੇ, ਵੇਖਦੇ ਇਹਨਾਂ ਦੇ ਖਾਣੇ ਕੀ ਹੋ ਜੇ। ਵੇਖ ਲਓ ਜੀ, ਵਧੀਆ ਜਿਹਾ ਡੋਨਟ ਮੀਟ ਵੀ ਆ ਇਹਨਾਂ ਕੋਲ, ਵੇਖ ਲਓ ਕਿੰਨਾ ਜ਼ਬਰਦਸਤ ਲੱਗ ਰਿਹਾ ਜੀ, ਤਾਜ਼ਾ ਤਾਜ਼ਾ ਨਾਲ ਕੱਟ ਕੇ ਖਵਾਉਣ ਲੱਗੇ ਨੇ, ਜ਼ਬਰਦਸਤ। ਤੇ ਛੋਟਾ ਜਿਹਾ ਟੇਕ ਵੇ, ਤੇ ਖਾਣਾ ਵੀ ਮਾਸ਼ਾਅੱਲਾ ਇਹਨਾਂ ਦੇ ਬੜੇ ਵਧੀਆ ਨੇ ਜਨਾਬ, ਤੇ ਖੁਸ਼ਬੂ ਬੜੀ ਵਧੀਆ ਜੀ ਆ ਰਹੀ ਹੈ, ਵੇਖ ਲਓ ਜੀ, ਤਾਜ਼ਾ ਡੋਨਟ ਮੀਟ ਦਾ ਤੇ ਆਪਣੀ ਸਵਾਦ ਆਉਂਦਾ ਹੈ। ਭਾਜੀ ਕੀ ਬਣਾ ਰਹੇ ਹੋ? ਚੀਜ਼ ਬਰਗਰਸ। ਇਹ ਵੇਖ ਲਓ ਜੀ, ਵਧੀਆ ਜਿਹੇ ਚੀਜ਼ ਬਰਗਰ ਬਣ ਰਹੇ ਨੇ, ਇਹ ਵੇਖ ਲਓ, ਜ਼ਬਰਦਸਤ ਇੱਧਰ ਕੁਕਿੰਗ ਹੋ ਰਹੀ ਹੈ, ਤੇ ਵਧੀਆ ਵਧੀਆ ਜਿਹੇ ਚੀਜ਼ ਬਰਗਰ ਵੇਖ ਲਓ ਜੀ, ਆਵਾਮ ਬੜੇ ਸ਼ੌਕ ਨਾਲ ਖਾਂਦੀ ਇਹੋ ਜਿਹੇ ਚੀਜ਼ ਬਰਗਰ। ਲਓ ਜੀ, ਅਸੀਂ ਆ ਗਏ ਪੀਜ਼ਾ ਕਾਊਂਟਰ ਜਨਾਬ, ਵੇਖ ਲਓ ਮਾਸ਼ਾਅੱਲਾ। ਭਾਈ ਜਾਨ, ਕਿਹੜਾ ਪੀਜ਼ਾ ਬਣਾ ਰਹੇ ਹੋ? ਵੇਖ ਲੋ ਜੀ, ਸਾਫ ਸੁਥਰਾ ਜਿਹਾ ਮਾਹੌਲ ਹੈ ਮਾਸ਼ਾਅੱਲਾ ਇੱਥੇ, ਤੇ ਵਧੀਆ ਜਿਹਾ ਕੰਮ ਹੋ ਰਿਹਾ ਜਨਾਬ, ਕੰਮ ਮਿਲ ਰਿਹਾ ਜੇ, ਤੇ ਭਾਈ ਹੋਰ ਮਾਸ਼ਾਅੱਲਾ ਵਧੀਆ ਜਿਹਾ ਬਣਾ ਰਹੇ ਨੇ। ਇਹ ਵੇਖ ਲਓ ਜੀ, ਜ਼ਬਰਦਸਤ ਟੋਪਿੰਗ ਜਾ ਰਹੀਆਂ ਨੇ ਪੀਜ਼ੇ ਤੇ। ਤੇ ਤੁਹਾਡਾ ਫੇਮਸ ਪੀਜ਼ਾ ਕਿਹੜਾ ਇੱਥੇ ਦਾ? ਪ੍ਰੋਬਬਲੀ ਇਹ ਪੀਜ਼ਾ ਫੇਮਸ। ਅੱਛਾ, ਇਹ ਜਾਨਾ ਚਿਕਨ ਤੰਦੂਰੀ ਸੈਲਸ ਵੈਲ। ਯਾ। ਮੀਟ ਪੀਸ। ਆਹਾ। ਵਿਚ ਇਜ਼ ਅ ਡੋਨ ਮੀਟ ਐਂਡ ਚਿਕਨ ਤੰਦੂਰੀ। ਯਾ। ਦੈਟ ਸੈਲਸ ਵੈਲ। ਆਲਰਾਈਟ। ਦੇਸੀ ਮਿਰਚਾਂ ਵੀ ਜਾ ਰਹੀਆਂ, ਤਾਂ ਪੀਜ਼ੇ ਦਾ ਤਾਂ ਸਵਾਦ ਆਏਗਾ ਨਾ, ਵਧੀਆ ਜਿਹਾ ਪੀਜ਼ਾ ਵੇਖ ਲਓ ਨਾਲ ਤਿਆਰ ਹੋ ਰਿਹਾ, ਤੇ ਹੁਣ ਜਾਏਗੀ ਚੀਜ਼। ਹੈ ਜੀ, ਲਓ ਜੀ, ਕਿਆ ਜਾਣ ਲੱਗਾ ਪੀਜ਼ਾ, ਮਾਸ਼ਾਅੱਲਾ ਵੇਖ ਲਓ ਜੀ, ਇੱਧਰੋਂ ਪੀਜ਼ਾ ਜਾਏਗਾ ਦੂਜੀ ਸਾਈਡ ਤੋਂ, ਜ਼ਬਰਦਸਤ ਜਿਹਾ ਪੱਕ ਕੇ ਨਿਕਲੇਗਾ। ਲਓ ਜੀ, ਲੱਗਦਾ ਹੋਰ ਆਰਡਰ ਆ ਰਹੇ। ਭਾਅ ਜੀ, ਕਿਹੜੇ ਆਰਡਰ ਆਏ ਨੇ ਜਨਾਬ?
ਕਿਹੜਾ ਪੀਜ਼ਾ ਜਨਾਬ ਆਰਡਰ ਆਇਆ ਹੁਣ ਸ਼ੈਫ ਸਪੈਸ਼ਲ ਆਪਣਾ ਦੇਸੀ ਸਪੈਸ਼ਲ ਅੱਛਾ ਮੀਟ ਫੀਸਟ ਮੀਟ ਫੀਸਟ ਵੇਖ ਲਓ ਜੀ ਆਰਡਰ ਤੇ ਆਰਡਰ ਆ ਰਹੇ ਨੇ ਸ਼ਾਮ ਦੇ ਟਾਈਮ ਕਾਫੀ ਬਿਜ਼ੀ ਹੋ ਜਾਂਦਾ ਇੱਥੇ ਤੇ ਕਿੰਨੇ ਵਜੇ ਤੱਕ ਓਪਨ ਰਹਿੰਦਾ ਤੁਹਾਡਾ ਹਾਫ 11 ਹਾਫ 11 ਤੱਕ 4 ਟੂ ਹਾਫ 11 ਤੱਕ 4 ਟੂ ਹਾਫ 11 मेनु उम्मीद है जी तुसी एक दफा आओगे तो बार बार इत्थे आओगे खाने वास्ते इंशाल्लाह जगह थोड़ी जी है पर खाने ने बहुत वधिया ने जनाब हाँ जी वेख लो जी किन्ने स्पीड दे नाल भाई और पीजे ला लेने बड़े वधिया जे जी माशाल्लाह काम काफी बिजी हो गया जिस टाइम असीं आए हैं ऑर्डर ते ऑर्डर आ रहे हैं पिज्जे दे वाह जी पिज्जा चले गए ने अवन दे अंदर आ वेख लो जी कितना जबरदस्त जिहा पिज्जा माशाल्लाह जी निकल आया खुशबू ही वधिया आ रही है लौकी पिज्जे दी बड़ी जबरदस्त है कोई नवा ही पिज्जा बना रहे हैं भाई जी केड़ा पिज्जा बना लगे हो अच्छा ये स्टफ क्रस्ट या जी लो जी स्टफ क्रस्ट पिज्जे भी थोनों इथे मिलन गए देख लो जी बढ़िया जे ते स्पेशल चीज होंदी जेड़ी जानी पिज्जे दे अंदर जी जी बिल्कुल मिल जाला आ जाओ अच्छा अच्छा आ देख लो जी स्टफ क्रस्ट पिज्जा बढ़िया है जनाब थोनों मिलेगा इथे खान नु लो जी देख लो जी और भी पिज्जे तैयार हो के आ गए ने जी कितने जबरदस्त लग रहे ने वधिया वधिया जे पिज्जे निकल के आ रहे हैं अवन चो स्टफ क्रस्ट पिज्जा भी तैयार हो गया है मेरे ख्याल है डोनर मीट ते चिकन पे है जी दोनों मीट चिकन वाला पिज्जा थे साढ़े भाई और चेंज हो गए ने काम ज्यादा बिजी हो गया तो हम इधर आ गए ने केड़ा पेरी पेरी वन इज दिस वन या इसे जहां चिकन है ओनियन पेपर्स हलपीनो पेरी पेरी सॉस ऑलराइट जबरदस्त अच्छा पेरी पेरी सॉस भी जाना है जी जी बिल्कुल जी पेरी पेरी सॉस जारी गल है जी स्टेज से वधिया ही होना उपरों स्टफ क्रस्ट नाल पेरी पेरी सॉस है जी जबरदस्त है वेखने जी ए पिज्जे तैयार हो गए ने रेडी टू गो इन टू दी ओवन जी केड़ी चीज बनाई जे मिल्क शेक है जनाब अच्छा मिल्क शेक केड़ा मिल्क शेक बनाया जे जी बबल गम मिल्क शेक लो जी बबल गम मिल्क शेक भाई बना वेख लो जी कितना वधिया लग रहा है ते आवाम पसंद करी है जबरदस्त वेख लो जी ताजा ताजा मिल्क शेक पियो ते माशाल्लाह डिजाइन ही बड़ा सोहना जिहा पाया जनाब सामने हां जी डिजाइन जबरदस्त है नाल ते मिल्क शेक वधिया ही चीज भाई जान ए जी क्रीम ऑफर बने जी बबल गम ऑफर अच्छा क्रीम ही डाल जासे जी ए वेख लो जी वधिया जा तैयार हो गया जी ते डिलीवरी वास्ते ही इथे किधर है ए डिलीवरी है जी अच्छा डिलीवरी हां जी समोसे समोसे का साइन देख ही पता लग जाता देसी लग रहा जी बॉक्स ਵਧੀਆ ਜੀ ਚੀਜ਼ ਜਨਾਬ ਤੁਹਾਨੂੰ ਇੱਥੇ ਮਿਲੇਗੀ ਵੇਖ ਲਓ ਕਿੰਨਾ ਸੋਹਣਾ ਜਿਹਾ ਲੱਗ ਰਿਹਾ ਮੈਂ ਹੋਰ ਕਿਧਰੇ ਵੇਖਿਆ ਨਹੀਂ ਸਿਰਫ ਇੱਥੇ ਹੀ ਮੈਨੂੰ ਨਜ਼ਰ ਆਇਆ ਤੇ ਲਾਜ਼ਮੀ ਆਓ ਟਰਾਈ ਕਰੋ
ਲੈ ਜੀ ਦੇਸੀ ਬਾਕਸ ਨਾਲ ਵਧੀਆ ਜੇ ਚਾਵਲ ਤੇ ਸਮੋਸੇ ਦੇਸੀ ਤੇ ਨਾਲ ਡੋਨਰ ਤੇ ਨਾਲ ਸੀਕ ਕਬਾਬ ਉਹ ਵੀ ਤਿਆਰ ਤੇ ਇਹ ਵੇਖ ਲਓ ਇੱਧਰ ਵੀ ਡੋਨਰ ਬਾਕਸ ਤਿਆਰ ਹੋ ਗਿਆ ਬੜਾ ਵਧੀਆ ਜੇ ਲੱਗ ਰਿਹਾ ਜਨਾਬ ਲਓ ਜੀ ਇਹ ਡਿਲੀਵਰੀ ਵਾਸਤੇ ਜੀ ਜੀ ਡਿਲੀਵਰੀ ਵਾਸਤੇ ਯਾਰ ਅੱਛਾ ਵੇਖ ਲਓ ਜੀ ਡਿਲੀਵਰੀ ਦਾ ਕੰਮ ਘਾੜਾ ਬਿਜ਼ੀ ਹੋ ਗਿਆ ਲੋਕ ਜ਼ਿਆਦਾ ਖਾਂਦੇ ਨੇ ਘਰ ਜਾ ਕੇ ਵਧੀਆ ਜੀ ਚੀਜ਼ ਲਓ ਜੀ ਲੱਗਦਾ ਇੱਕ ਹੋਰ ਡੋਨਰ ਬਾਕਸ ਤਿਆਰ ਹੋ ਗਿਆ ਤੇ ਭਾਈ ਜੀ ਲੱਗਦਾ ਇਹਦੇ ਆਰਡਰ ਕਾਫੀ ਆ ਰਹੇ ਨੇ ਯਾ ਯਾ देसी बॉक्स ते डोनर बॉक्स है जी देसी बॉक्स डोनर बॉक्स आवाम पसंद कर दी खाने जनाब क्यों नहीं खाएगी देख लो कितना सोना जे लग रहा है ते ए भी डिलीवरी दा ऑर्डर नो नो पिकअप है पिकअप अच्छा माशाल्लाह ए जेड़ा पिज़्ज़ा सॉस है बाहरो ले आंदे जी अपना बनांदे हो जी अपने बनांदे जी सब बड़ा जबरदस्त पिज़्ज़ा सॉस है जी जी स्पेशल पिज़्ज़ा सॉस है अच्छा स्पेशल पिज़्ज़ा सॉस जी स्पेशल पिज़्ज़ा सॉस वो बड़ा टेस्टी है अच्छा ताई ते स्वाद वधिया होएगा जनाब जी तुम्हारी स्पेशल अपना बनाया सॉस है जी जी बहुत अच्छा सॉस है जी ए देख लो जी सॉस दी शक्ल ही देख के लग रही है बड़ा वधिया जी जनाब ते पिज़्ज़े दा ते स्वाद आने ही आना है जी जरूर चीज बना लगे चिकन फिर बर्गर बना लगा अच्छा ए नॉर्मल है स्पाइसी ए नॉर्मल है लाले अच्छा नॉर्मल वाला तो जी ताजा ताजा चक चिकन फिले है जी जबरदस्त है बना लगे ने भाई और देख लो केडी चीज है जनाब चिकन स्ट्रिप ने अच्छा चिकन स्ट्रिप्स लो जी चिकन स्ट्रिप्स ते चिकन फिले बर्गर नाल बढ़िया जा देख लो व्हाई मेकिंग ना डोनर रैप डोनर रैप देख लो जी डोनर रैप भी कर देने जबरदस्त हो गए देख लो केडी चीज है जनाब बिग जॉन वेन लाले ऑलराइट बिग जॉन वेन ऑलराइट सो टू चीज बर्गर्स हश ब्राउन एंड टू चीज ऑलराइट आई लाले नॉर्मल चीज बर्गर नॉर्मल चीज बर्गर देख लो जी जबरदस्त जबरदस्त सॉस भी है ते नाल वधिया जा चिकन है जी ताजा ताजा फ्रेश चिकन स्ट्रिप्स बिल्कुल है देख लो जी कितना सोना लग रहा है ऑर्डर से ऑर्डर आ रहे हैं देख लो जी बढ़िया बढ़िया जो पिज़्ज़े निकल रहे हैं बाहर है जी तो कम माशाल्लाह इन्होंने काफ़ी कम गार्लिक ब्रेड विद चीज़ देख लो जी स्मेल बड़ी दूर तक आ रही थी देख लो माशाल्लाह इन्हों का पिज़्ज़े का काम बहुत ही बिजी है जनाब देख लो शाम का टाइम है तो ऑर्डर आ रहे हैं तो पिज़्ज़े वधिया बनाते हैं ता ही इतना काम बिजी है जी देख लो डोनर पिज़्ज़ा भी तैयार हो गया तो गार्लिक विद चीज़ पिज़्ज़ा उस साइड से भाई जी केड़ी चीज तैयार हो रही है ए जी पिज़्ज़ा डो पे तैयार कर दे जी अच्छा अच्छा पिज़्ज़ा डो जी पिज़्ज़ा डो तैयार पे कर दे जी ए देख लो जी जबरदस्त जे पिज़्ज़े डो तैयार है भाई इंशाल्लाह इंशाल्लाह ये तैयार होसी तकरीबन घंटा डेढ़ लग जाए अच्छा अच्छा राइज हो और वास्ते टाइम लगेगा ना जी घंटा लग जाए जब तक डो राइज ना होवे तो पिज़्ज़े दा स्वाद नहीं आंदा क्यों जी बेशक जी बिल्कुल ही आंदा ए देख लो जी कोर पिज़्ज़ा देख लो निके बनाया बढ़िया जे तैयार हो गया काम माशाल्लाह काफी बिजी है जदों दा मैं आया नॉन स्टॉप पिज़्ज़े जा रहे ने और जो देसी क्या दे देसी बॉक्स भी ते पिज़्ज़े भी क्वाइट फेमस हैं काफ़ी फेमस है जनाब इस टेक में तुम आओगे तो बार बार आओगे खाने वास्ते लो जी पिज़्ज़ा तैयार हो गया तो जा रहे हो साइड से ਪਾਜੀ ਕਿਹੜਾ ਪੀਜ਼ਾ ਬਣਾ ਰਹੇ ਹੋ ਪੈਪਰੋਨੀ ਪੈਪਰੋਨੀ ਵਨ ਜਸਟ ਅ ਪੈਪਰੋਨੀ ਦਿਸ ਵਾਸ ਗੋਇੰ ਟੂ ਬੀ ਵੈਜੀਟੇਰੀਅਨ ਆਲ ਰਾਈਟ ਅਦਰ ਵਨ ਵੈਜੀਟੇਰੀਅਨ ਵਨਸ ਪੈਪਰੋਨੀ ਪੀਜ਼ਾ ਵੇਖ ਲਓ ਜੀ ਕਿੰਨੀ ਵੈਰਾਈਟੀ ਹੈ ਪੀਜ਼ਿਆਂ ਦੀ ਇਹਨਾਂ ਕੋਲ ਜਿਹੜਾ ਤੁਹਾਡਾ ਦਿਲ ਕਰਦਾ ਆ ਕੇ ਖਾਓ ਮਜ਼ੇ ਮਜ਼ੇਦਾਰ ਜੇ ਪੀਜ਼ੇ ਇਹਨਾਂ ਕੋਲ ਲਓ
ਜੀ ਵੈਜੀਟੇਰੀਅਨ ਪੀਜ਼ਾ ਵੀ ਤਿਆਰ ਹੋ ਗਿਆ ਤੇ ਪੈਪਰੋਨੀ ਪੀਜ਼ਾ ਹੈ ਜੀ ਵਧੀਆ ਜਿਹਾ ਨਾਲ ਵਧੀਆ ਜਿਹੇ ਆਲੇਟਸ ਭਾਈ ਜਾਨ ਕੀ ਬਣਾ ਰਹੇ ਆ ਸਟਰ ਫਰਾਈ ਡੋਨਰ ਬਾਕਸ ਹਾਂ ਜੀ ਸਟਰ ਫਰਾਈ ਡੋਨਰ ਬਾਕਸ ਸਟਰ ਫਰਾਈ ਡੋਨਰ ਬਾਕਸ ਆ ਵੇਖ ਲਓ ਜੀ ਸਟਰ ਫਰਾਈ ਡੋਨਰ ਬਾਕਸ ਤਿਆਰ ਹੋ ਰਿਹਾ ਤੇ ਨਾਲ ਸੌਸ ਵੀ ਜਾ ਰਹੇ ਨੇ ਜੀ ਜੀ ਬਿਲਕੁਲ ਕਿਹੜੇ ਕਿਹੜੇ ਸੌਸ ਆਉਂਦੇ ਨੇ ਚਿਲੀ ਸੌਸ ਗਾਰਲਿਕ ਸੌਸ ਕੈਚਪ ਅੱਛਾ ਆ ਵੇਖ ਲਓ ਜੀ नान भी बड़ा वधिया लग रहा है नाल जबरदस्त डोनर चिकन सारा कुछ है जी स्टेयर फ्राई हो गए वाह जी वेख लो जी कितना सोहना लग रहा है जी वाह जी वाह खुशबू ही बड़ी वधिया आ रही वेख लो ते खाओ के मजे करोगे सट केनु के कहंदे भाई जान स्टर फ्राई डोनर बॉक्स जबरदस्त लग रहा है वेख लो लगदा भाई होरा कोई नवी चीज बनाई भाई जी केड़ी चीज बनाई है जनाब मेगा बॉक्स ए वेखो जी मेगा बॉक्स ते केड़े-केड़े आइटम जांदे मेगा बॉक्स चिकन बर्गर दो चिकन स्ट्रिप फ्राई चिकन पॉपकॉर्न जी मेगा बॉक्स भी तैयार हो गया जी देख लो चिप्स हर एक चीज नाल तैयार वधिया जा मेगा बॉक्स अच्छा डोनर मीट चिप्स केड़ा पिज़्ज़ा बनाया जनाब डोनर पिज़्ज़ा एंड अपना देसी स्पेशल ते डोनर पिज़्ज़ा जदों दा मैं आया माशाल्लाह इन्हां दे नॉन स्टॉप पिज़्ज़े चल रहे जनाब ते लोग पसंद कर रहे ने क्योंकि पिज़्ज़े बनांदे ही वधिया ने ते पसंद ते करनगे तो जदों दा निका खलोता नहीं पिज़्ज़े वधिया जे बना रहे हैं जी ए भी थक गया होना पिज़्ज़े बना बना के ए वेख लो लो जी उम्मीद करदा तुहानू अज दी वीडियो पसंद आई होनी खाने बखाने वधिया वधिया दे ते उम्मीद है तुसी लाजमी ट्राई करोगे असीं भी टका के खाधे ने जनाब ते जगह तुहानू पता टेक वे बहण वाली जगह ते है नहीं ते ओह असीं शो नहीं कर सके ते शो ते करन दी लोड़ भी नहीं तुसी आओगे ट्राई करोगे फिर तुसी अपने देसी भरा नूं दसणा इन्हां दे खाने वाकई वधिया ने कि मैं खाली गल ही कीती है की ख्याल है इंशाल्लाह जिंदगी रही ते फिर मुलाकात है कि सानू दे इजाजत अल्लाह हाफिज़।